ਅੱਜ ਮੈਂ ਤੁਹਾਨੂੰ ਇੱਕ ਡਰਿੰਕ ਦਿਖਾਉਣਾ, ਇਹਦੇ ਵਿੱਚ ਤਿੰਨ ਬੜੀਆਂ ਸਸਤੀਆਂ ਚੀਜ਼ਾਂ ਪਈਆਂ ਨੇ ਪਰ ਕੰਮ ਬਹੁਤ ਮਹਿੰਗਾ ਕਰਦੀਆਂ ਨੇ। ਦਿਨ ਦੀ ਜਿਹੜੀ ਤੁਹਾਡੀ ਪਹਿਲੀ ਮੀਲ ਆ ਉਹ ਤੋਂ 30 ਮਿੰਟ ਪਹਿਲਾਂ ਲੈਣਾ ਤੁਸੀਂ ਇਹ ਡਰਿੰਕ। ਜਿਹੜਾ ਤੁਹਾਡਾ ਫੂਡ ਆ ਖਾਏਂਗੇ ਉਹ ਮੀਲ 'ਚੋਂ ਉਹ ਤੁਹਾਡੇ ਮਸਲਾਂ ਦੇ ਵਿੱਚ ਜ਼ਿਆਦਾ ਜਾਊਗਾ, ਉਹਨੂੰ ਮਸਲ ਬਣਾਉਣ ਲਈ ਯੂਜ਼ ਜ਼ਿਆਦਾ ਕਰਾਂਗੇ। ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਡਰਿੰਕ ਦੇ ਵਿੱਚ ਜਿਹੜੇ ਤਿੰਨ ਮੇਨ ਇਨਗਰੀਡਿੰਗ ਹੈਗੇ ਕੀ ਨੇ। ਨੰਬਰ 1 ਤੇ ਇਹਦੇ ਵਿੱਚ ਹੈਗੀ ਅੱਧੇ ਚਮਚੇ ਤੋਂ ਵੀ ਅੱਧਾ ਚਮਚਾ ਸਿਨਾਮਨ ਦਾ ਦਾਲਚੀਨੀ। ਨੰਬਰ 2 ਤੇ ਐਪਲ ਸਾਈਡਰ ਵਿਨੇਗਰ, ਸੇਬ ਦਾ ਸਿਰਕਾ 1.5 ਚਮਚਾ। ਨੰਬਰ 3 ਤੇ ਅੱਧਾ ਲੈਮਨ ਯਾਨੀ ਕਿ ਅੱਧਾ ਨਿੰਬੂ ਜਾਂ 1 ਨਿੰਬੂ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਤਿੰਨ ਚੀਜ਼ਾਂ ਦੇ ਜਾਦੂ ਬਾਰੇ, ਕੀ ਅਸਰ ਕਿਵੇਂ ਕਰਦੀਆਂ ਨੇ। ਪਹਿਲਾਂ ਸਿਨਾਮਨ ਯਾਨੀ ਦਾਲਚੀਨੀ ਬਾਰੇ ਗੱਲ ਕਰਦੇ ਹਾਂ ਕਿ ਦਾਲਚੀਨੀ ਡਰਿੰਕ 'ਚ ਕਿਉਂ ਇੰਨੀ ਜ਼ਰੂਰੀ ਆ। ਦੇਖੋ ਜਦੋਂ ਵੀ ਆਪਾਂ ਦਿਨ ਦੀ ਪਹਿਲੀ ਮੀਲ ਲੈਣੀ ਹੁੰਦੀ ਆ ਉਦੋਂ ਆਪਣੇ ਨੈਚੁਰਲੀ ਸਟ੍ਰੈਸ ਹਾਰਮੋਨ ਕੋਰਟੀਸੋਲ ਹਾਰਮੋਨ ਹਾਈ ਹੁੰਦੇ ਨੇ, ਕਿਉਂਕਿ ਰਾਤ ਦਾ ਫਾਸਟ ਕਰੇ ਆਉਂਦਾ, ਸਵੇਰੇ ਬੋਡੀ ਦਾ ਇੰਸੂਲਿਨ ਲੈਵਲ ਲੋਅ ਹੁੰਦਾ ਅਤੇ ਸਵੇਰੇ ਬੋਡੀ ਆਪਾਂ ਨੂੰ ਨੈਚੁਰਲ ਕੋਰਟੀਸੋਲ ਸਪਾਈਕ ਕਰਦੀ ਆ, ਕਿਉਂਕਿ ਬੰਦੇ ਨੇ ਐਕਟਿਵ ਹੋਣਾ ਹੁੰਦਾ ਦਿਨ ਦੇ ਕੰਮਾਂ ਕਾਰਾਂ ਲਈ। ਸੋ ਹੁਣ ਜੇ ਆਪਾਂ ਪਹਿਲੀ ਮੀਲ ਦੇ ਵਿੱਚ ਕੋਰਟੀਸੋਲ ਹਾਰਮੋਨ ਹਾਈ ਆ ਅਤੇ ਨਾਲੇ ਆਪਾਂ ਕੋਈ ਮੀਲ ਲੈਂਦੇ ਹਾਂ ਤਾਂ ਉਹ ਮੀਲ ਆਪਣੀ ਗੜਬੜ ਕਰ ਸਕਦੀ ਆ, ਕਿਉਂਕਿ ਜਦੋਂ ਕੋਰਟੀਸੋਲ ਹਾਈ ਹੁੰਦਾ ਤੁਹਾਡੀ ਪ੍ਰੋਟੀਨ ਸਿੰਥਸਿਸ ਘੱਟਦੀਆਂ ਨੇ, ਮਤਲਬ ਬੋਡੀ ਪ੍ਰੋਟੀਨ ਨੂੰ ਜ਼ਿਆਦਾ ਅਬਜ਼ੋਰਬ ਨਹੀਂ ਕਰਦੀ। ਕੋਰਟੀਸੋਲ ਪ੍ਰੋਟੀਨ ਸਿੰਥਸਿਸ ਨੂੰ ਇਨਹਿਬਿਟ ਕਰਦਾ। ਨੰਬਰ 2 ਤੇ ਜਦੋਂ ਹੁਣ ਕਾਰਬ ਲੈਂਦੇ ਹੋ, ਇਹ ਗੱਲ ਪੱਕੀ ਆ ਕਿ ਜਦੋਂ ਕਾਰਬ ਹਾਈ ਕਰਦੇ ਹਾਂ ਆਪਾਂ ਤਾਂ ਕੋਰਟੀਸੋਲ ਹਾਰਮੋਨ ਲੋਅ ਹੁੰਦਾ, ਕਿਉਂਕਿ ਇੰਸੂਲਿਨ ਅੱਪ ਜਾਂਦਾ ਕਾਰਬ ਖਾਣ ਨਾਲ। ਸੋ ਇੰਸੂਲਿਨ ਜਦੋਂ ਹਾਈ ਹੁੰਦਾ ਉਦੋਂ ਨੈਚੁਰਲੀ ਕੋਰਟੀਸੋਲ ਲੋਅ ਹੁੰਦਾ, ਹੋਣਾ ਹੀ ਆ, ਇੰਸੂਲਿਨ ਕੋਰਟੀਸੋਲ ਨੂੰ ਲੋਅ ਕਰਦਾ। ਹੁਣ ਤੁਸੀਂ ਸੋਚੇਂਗੇ ਕਿ ਕਾਰਬ ਮੀਲ ਤਾਂ ਕੋਰਟੀਸੋਲ ਨੂੰ ਲੋਅ ਕਰਦੀ ਆ, ਫਿਰ ਸਿੱਧੀ ਅਸੀਂ ਕਾਰਬ ਮੀਲ ਲੈ ਲਾਂਗੇ। ਪਰ ਹੁਣ ਇਹਦੇ ਵਿੱਚ ਚੱਕਰ ਇਹ ਆ, ਜਦੋਂ ਆਪਾਂ ਮੀਲ ਲੈਂਦੇ ਹਾਂ ਆਪਣਾ ਉੱਥੇ ਕੋਰਟੀਸੋਲ ਹਾਈ ਹੁੰਦਾ, ਹਾਈ ਇੰਸੂਲਿਨ ਅਤੇ ਹਾਈ ਕੋਰਟੀਸੋਲ ਦੋਨੇ ਖਰਾਬ ਕਰਦੇ ਨੇ। ਬੇਸ਼ੱਕ ਜਿਵੇਂ ਮੈਂ ਕਿਹਾ ਸੀ ਇੰਸੂਲਿਨ ਹਾਰਮੋਨ ਕਾਰਬ ਮੀਲ ਕੋਰਟੀਸੋਲ ਨੂੰ ਲੋਅ ਕਰਦੀ ਆ, ਪਰ ਆਪਾਂ ਚਾਹੁੰਦੇ ਹਾਂ ਕਿ ਉਹ ਖਾਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਆਪਣਾ ਥੋੜ੍ਹਾ ਜਿਹਾ ਲਿਟਲ ਬਿਟ ਇੰਸੂਲਿਨ ਐਕਟਿਵ ਹੋਵੇ ਤਾਂ ਕਿ ਆਪਣਾ ਕੋਰਟੀਸੋਲ ਹਾਰਮੋਨ ਲੋਅ ਹੋਵੇ। ਤਾਂ ਕਰਕੇ ਆਪਾਂ ਜਦੀ ਉਹਨੂੰ ਸੋਲਿਡ ਮੀਲ ਨਹੀਂ ਦੇਣੀ ਹੈਗੀ। ਆਪਾਂ ਅੱਧੇ ਘੰਟੇ ਪਹਿਲਾਂ ਜੇ ਡਰਿੰਕ ਦੇ ਵਿੱਚ ਸਿਨਾਮਨ ਪਾ ਕੇ ਪੀਵਾਂਗੇ, ਦਾਲਚੀਨੀ ਕੀ ਕਰਦੀ ਹੈ, ਇੱਕ ਤਾਂ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਕਰਦੀ ਹੈ, ਮਤਲਬ ਕਾਰਬ ਖਾਏਗੇ ਉਹ ਜ਼ਿਆਦਾ ਬਲੱਡ ਸ਼ੂਗਰ ਅਪ ਨਹੀਂ ਜਾਊਗਾ, ਉਹ ਕਾਰਬ ਫੈਟ ਸਟੋਰ ਨਹੀਂ ਜਾਊਗਾ, ਤੁਹਾਡੀ ਬੋਡੀ ਯੂਜ਼ ਕਰੂਗੀ, ਬੋਡੀ ਨੂੰ ਹਾਰਮਫੁਲ ਇਫੈਕਟ ਨਹੀਂ ਦਊਗਾ। ਨੰਬਰ 2 ਤੇ ਸਿਨਾਮਨ ਹੈਗੀ ਇੰਸੂਲਿਨ ਮਮਿਕ ਕਹਿੰਦੇ ਨੇ ਇਹਨੂੰ, ਕਿ ਥੋੜ੍ਹਾ ਜਿਹਾ ਨੇ ਤੁਹਾਡੇ ਇੰਸੂਲਿਨ ਦੀ ਹੈਲਪ ਕਰਨੀ ਹੈ ਪ੍ਰੋਡਿਊਸ ਹੋਣ ਦੀ, ਕੁਛ ਜ਼ਿਆਦਾ ਸਪਾਈਕ ਨਹੀਂ ਕਰਦੀ ਸਿਨਾਮਨ ਇੰਸੂਲਿਨ ਨੂੰ, ਬਸ ਤੁਸੀਂ ਸਮਝ ਲਓ ਇੱਕ ਤਰ੍ਹਾਂ ਦੀ ਬੋਡੀ ਨੂੰ ਸਿਗਨਲ ਦਿੰਦੀ ਆ ਇਹ ਕਿ ਫੂਡ ਆਉਣੇ ਵਾਲਾ, ਮਤਲਬ ਹੁਣ ਥੋੜ੍ਹੀ ਜਿਹੀ ਸਿਨਾਮਨ ਲਿੱਤੀ ਹੋਈ ਸਮਾਲ ਅਮਾਊਂਟ ਆਫ ਆਪਣੀ ਬੋਡੀ ਦੇ ਵਿੱਚ ਇੰਸੂਲਿਨ ਆਇਆ ਤਾਂ ਉਹ ਜਿਹੜਾ ਕੋਰਟੀਸੋਲ ਨੂੰ ਲੋਅ ਕਰੂਗਾ, ਇਹਦਾ ਮਤਲਬ ਅੱਧੇ ਘੰਟੇ ਬਾਅਦ ਜਦੋਂ ਵੀ ਆਪਣੀ ਮੀਲ ਹੋਊਗੀ ਉਹ ਟਾਈਮ ਆਪਣਾ ਕੋਰਟੀਸੋਲ ਹਾਰਮੋਨ ਲੈਵਲ ਤੈਅ ਹੋਊਗਾ, ਫਿਰ ਪ੍ਰੋਟੀਨ ਖਾਵਾਂਗੇ ਅਤੇ ਕਾਰਬ ਖਾਵਾਂਗੇ, ਬੋਡੀ ਵਧੀਆ ਅਬਜ਼ੋਰਬ ਕਰੂਗੀ। ਨੰਬਰ 2 ਤੇ ਐਪਲ ਸਾਈਡਰ ਵਿਨੇਗਰ, ਸਿਨਾਮਨ ਮਾਂਗ, ਇਹ ਵੀ ਤੁਹਾਡਾ ਬਲੱਡ ਸ਼ੂਗਰ ਕੰਟਰੋਲ ਕਰਦਾ। ਮੰਨ ਲਓ ਹੁਣ ਤੁਸੀਂ ਕਾਰਬ ਦੇ ਵਿੱਚ ਚੌਲ ਖਾਣੇ ਨੇ, ਸਵੀਟ ਪੋਟੇਟੋ ਖਾਣੇ ਨੇ, ਜਾਂ ਆਲੂ ਖਾਣੇ ਨੇ, ਜਾਂ ਕੋਈ ਵੀ ਤੁਹਾਡਾ ਕਾਰਬੋਹਾਈਡਰੇਟ ਦਾ ਫੂਡ ਆ, ਜੇ ਤੁਸੀਂ ਐਪਲ ਸਾਈਡਰ ਵਿਨੇਗਰ ਲਏਗੇ ਉਹ ਤੁਹਾਡਾ ਬਲੱਡ ਸ਼ੂਗਰ ਜ਼ਿਆਦਾ ਅਪ ਨਹੀਂ ਜਾਊਗਾ, ਉਹ ਸਟੇਬਲ ਰਹੂਗਾ, ਮਤਲਬ ਤੁਹਾਡੀ ਬੋਡੀ ਦੇ ਵਿੱਚ ਉਹ ਫੂਡ ਨੂੰ ਫੈਟ ਸਟੋਰ ਨਹੀਂ ਜਾਊਗਾ, ਜਿਵੇਂ ਮੈਂ ਪਹਿਲਾਂ ਸਿਨਾਮਨ 'ਚ ਕਿਹਾ ਸੀਗਾ, ਕਿਉਂਕਿ ਐਪਲ ਸਾਈਡਰ ਵਿਨੇਗਰ ਅਤੇ ਸਿਨਾਮਨ ਇੰਸੂਲਿਨ ਸੈਂਸਿਟੀਵਿਟੀ ਵਧਾਉਂਦੀਆਂ ਨੇ, ਇੰਸੂਲਿਨ ਵਧੀਆ ਕੰਮ ਕਰਦਾ ਜੋ ਕਿ ਅਮੀਨੋ ਅਤੇ ਗਲੂਕੋਸ਼ ਨੂੰ ਆਪਣੇ ਮਸਲ ਤੱਕ ਵਧੀਆ ਲੈ ਕੇ ਜਾਊਗਾ। ਨੰਬਰ 3 ਤੇ ਲੈਮਨ ਯਾਨੀ ਕਿ ਨਿੰਬੂ ਕਿਉਂ ਪਾਉਣਾ, ਨਿੰਬੂ ਅਤੇ ਐਪਲ ਸਾਈਡਰ ਵਿਨੇਗਰ ਤੁਹਾਡੀ ਡਾਈਜੈਕਸ਼ਨ ਇੰਜ਼ਾਈਮ ਐਕਟੀਵਿਟੀ ਵਧਾਉਂਦੇ ਨੇ। ਸਿੰਪਲ ਭਾਸ਼ਾ ਦੇ ਵਿੱਚ ਤੁਸੀਂ ਮੰਨ ਲਓ ਐਪਲ ਸਾਈਡਰ ਵਿਨੇਗਰ ਅਤੇ ਨਿੰਬੂ ਜਿਹੜਾ ਪ੍ਰੋਟੀਨ ਖਾਂਦੇ ਆ, ਪ੍ਰੋਟੀਨ ਫੂਡ ਖਾਂਦੇ ਆ, ਉਹਨੂੰ ਅੰਦਰ ਜਾ ਕੇ ਗਾਲਣ 'ਚ ਹੈਲਪ ਕਰਦਾ, ਮਤਲਬ ਜਿੰਨੀ ਛੇਤੀ ਗਲੂਗਾ ਆਪਣੀ ਬੋਡੀ ਉਹਨੂੰ ਯੂਜ਼ ਕਰੂਗੀ, ਉਹ ਵੇਸਟ ਘੱਟ ਹੋਊਗਾ, ਨਾਲੇ ਆਪਣੀ ਡਾਈਜੈਕਸ਼ਨ ਨੂੰ ਉਹ 'ਤੇ ਉਹਨਾਂ ਵਰਕ ਨਹੀਂ ਕਰਨਾ ਪਊਗਾ। ਨਾਲੇ ਨਿੰਬੂ ਦੇ ਵਿੱਚ ਹੁੰਦਾ ਵਿਟਾਮਿਨ ਸੀ, ਵਿਟਾਮਿਨ ਸੀ ਕੀ ਕਰਦਾ, ਤੁਹਾਡੀ ਜਿਹੜੀ ਮਸਲ ਰਿਕਵਰੀ ਆ ਉਹ ਵਧੀਆ ਹੋਊਗੀ, ਕਿਉਂਕਿ ਤੁਹਾਡਾ ਇਮਿਊਨ ਸਿਸਟਮ ਬੂਸਟ ਕਰਦਾ, ਤੁਹਾਨੂੰ ਹਾਈਡਰੇਟ ਰੱਖਦਾ, ਜੇ ਹਾਈਡਰੇਟ ਰਹੇਗੇ ਹੋ ਜਾਂ ਫਿਰ ਇਮਿਊਨ ਸਿਸਟਮ ਬੂਸਟ ਹੋਊਗਾ, ਤੁਹਾਡੀ ਮਸਲ ਰਿਕਵਰੀ ਵਧੀਆ ਹੋਊਗੀ। ਸੋ ਆਹੀ ਸੀਗੀ ਅੱਜ ਦੀ ਵੀਡੀਓ ਇਹ ਡਰਿੰਕ ਦੇ ਉੱਪਰ, ਆਪਣੀ ਪਹਿਲੀ ਮੀਲ ਤੋਂ ਪਹਿਲਾਂ 30 ਮਿੰਟ ਪਹਿਲਾਂ ਜ਼ਰੂਰ ਟਰਾਈ ਕਰਿਓ, ਸਸਤੀਆਂ ਚੀਜ਼ਾਂ ਨੇ, ਬਾਹਲੀਆਂ ਮਹਿੰਗੀਆਂ ਨਹੀਂ ਪਰ ਅਸਰ ਬਹੁਤ ਕਰਦੀਆਂ ਨੇ। ਸੋ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ, ਤੁਸੀਂ ਜ਼ਹਿਰੀ ਮੰਡੇਰ, ਵਾਹਿਗੁਰੂ ਮਿਹਰ ਕਰੇ, ਲਵ ਯੂ ਆਲ।